ਸਸ਼ਕਲ ਮੈਂ ਜਸਵੰਦਰ ਪਾਲ ਜੈਨ ਸ਼ਾਨ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਦਿਨ ਪੰਜਾਬੀਆਂ ਲਈ ਬਹੁਤ ਅੱਛਾ ਚੜਿਆ ਜਾਨੀ ਕਿ ਅੱਜ ਕਈ ਅਹਿਮ ਫੈਸਲੇ ਲਿੱਤੇ ਗਏ ਪੰਜਾਬ ਕੈਬਨਿਟ ਭਗਵੰਤ ਮਾਨ ਸਰਕਾਰ ਜੋ ਬਦਲਾਵ ਦਾ ਨਾਮ ਲੈ ਕੇ ਆਈ ਸੀ ਸਤਾ ਵਿੱਚ ਆਪਣੇ ਸੁਪਨੇ ਦਿਖਾਏ ਜਿਹੜੇ ਲੋਕਾਂ ਨੂੰ ਸਭ ਜੇ ਤਾਂ ਬਾਗਤ ਨਹੀਂ ਕਹਿ ਸਕਦੇ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੂੰ ਸੰਪੂਰਨ ਕਰਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮੀਟਿੰਗ ਵਿੱਚ ਸਰਕਾਰ ਨੇ ਲੇਬਰ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਵਪਾਰੀ ਵਰਗ ਨੂੰ ਵੀ ਖੁਸ਼ ਕਰਨ ਦੀ ਤੇ ਕਿਸਾਨਾਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜਿਹੜਾ ਕੈਬਨਿਟ ਦੇ ਦੋ ਵੱਡੇ ਫੈਸਲੇ ਆਏ ਨੇ ਜਿਨ੍ਹਾਂ ਵਿੱਚ ਗੱਲ ਕੀਤੀ ਜਾਂਦੀ ਹੈ ਪੰਜਾਬ ਅਨਾਜ ਲੇਬਰ ਨੀਤੀ ਨੂੰ ਪਰਵਾਣਗੀ ਦੇ ਦਿੱਤੀ ਹੈ ਜਿਸ ਕਰਕੇ ਕਾਫੀ ਜੋ ਅਨਾਜ ਵੇਚ ਮੰਡੀਆਂ ਵਿੱਚ ਲੇਬਰ ਦੀ ਹਾਲਾਤ ਸਨ ਉਹ ਵੀ ਕਾਫੀ ਸਟਰੋਂਗ ਹੋ ਜਾਣ ਕਿ ਜਿਸ ਨਾਲ ਕਾਫੀ ਸਮੇਂ ਤੋਂ ਇਹਨਾਂ ਦੀਆਂ ਮੰਗਾਂ ਲਟਕਦੀਆਂ ਸਨ ਉਹ ਵੀ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਸੰਜੀਵੇ ਕਿ ਲੇਬਰ ਦੇ ਦੀ ਜਿਹੜੀਆਂ ਯੂਨੀਅਨਸ ਨੇ ਉਹਨਾਂ ਦੇ ਮੇਲ ਮਲਾਪ ਤੇ ਉਹਨਾਂ ਦਾ ਜੋ ਸਹਿਯੋਗ ਹੈ ਇਹ ਨਿਤੀ ਰਾਹ ਚੱਲੇ ਜਾਵੇਗਾ ਜਨਿਕੇ ਮੇਲ ਮਲਾਪ ਦੀ ਜਿਹੜੀ ਨੀਤੀ ਹੈ ਇਹ ਇਹ ਸਟਰੋਂਗ ਕਰੇਗੀ ਜਿਸ ਨਾਲ ਅਨਾਜ ਮੰਡੀ ਵਿੱਚ ਲੇਬਰ ਦੀਆਂ ਦਿੱਕਤਾਂ ਨੇ ਮੁਸ਼ਕਲਾਂ ਨੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮਿਲਿੰਗ ਨੀਤੀ ਜਿਹੜੀ ਕਿ ਲਾਗੂ ਕੀਤੀ ਗਈ ਸੀ ਉਹਦੇ ਨਾਲ-ਨਾਲ ਹੁਣ ਪੰਜਾਬ ਅਨਾਜ ਟਰਾਂਸਪੋਰਟ ਨੀਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ ਅਨਾਜ ਮੰਡੀ ਤੇ ਲੇਕੇ ਜਿਹੜੇ ਟ੍ਰਾਂਸਪੋਰਟ ਦੇ ਮੁੱਦੇ ਸੀ ਉਹ ਵੀ ਸੋਲਵ ਹੋ ਜਾਣਗੇ ਜਾਨੀ ਕਿ ਜਣੇ ਕਿ ਇੱਕ ਪ੍ਰਤੀਨਿਤਾ ਟ੍ਰਾਂਸਪੋਰਟਰਾਂ ਨੂੰ ਵੀ ਮਿਲੇਗੀ ਜਿਸ ਨਾਲ ਜੋ ਢੋਟਵਾਈ ਦਾ ਕੰਮ ਹੈ ਉਸ ਨੂੰ ਵੀ ਰਾਹਤ ਮਿਲੇਗੀ ਜਾਨੀ ਕਿ ਅਨਾਜ ਮੰਡੀ ਵਿੱਚ ਕਿਸਾਨ ਆੜਤੀਆ ਅਤੇ ਲੇਬਰ ਨੂੰ ਖੁਸ਼ ਕਰਨ ਦੀ ਜਿਹੜੀ ਇਹ ਪ੍ਰੋਵਾਈਡ ਸ਼ੂਤ ਕੀਤੀ ਹੈ ਇਹਦੇ ਨਾਲ ਹੁਣ ਇਹ ਦੋ ਜਿਹੜੀਆਂ ਨੀਤੀਆਂ ਨੂੰ ਪ੍ਰਵਾਨਗੀ ਦਿੱਤੀ ਹੈ ਇਸ ਨਾਲ ਕਾਫੀ ਸਹਾਇਕ ਸਿੱਧ ਹੋਣਗੀਆਂ ਉਸ ਤੋਂ ਪਹਿਲਾਂ ਗੱਲ ਕੀਤੀ ਗਈ ਕਿ ਕਿ ਬਜਾਰਤ ਦੀ ਮੀਟਿੰਗ ਤੋਂ ਪਹਿਲਾਂ ਭਗਵੰਤ ਮਾਨ ਨੇ ਸਟੀਲ ਇੰਡਸਟਰੀ Tata Steel ਨਾਲ ਇੱਕ ਸਮਝੌਤਾ ਸਾਈਨ ਕੀਤਾ 2600 ਕਰੋੜ ਦਾ ਇਹ ਨੀਤੀ ਅਵਨੇਸ਼ਾ ਜੋ ਕਿ ਪਲਾਂਟ ਲਗਾਉਣ ਵਿੱਚ ਕਾਮਯਾਬ ਹੋ ਜਾਏਗਾ ਇਸ ਤੇ ਆਸ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਹੜੀ ਇਹ ਨੀਤੀ ਹੈ ਜੇ ਪਲਾਂਟ ਪ੍ਰਵਾਨਗੀ ਦਿੱਤੀ ਗਈ ਹੈ ਇਸ ਨਾਲ ਇੱਕ ਤਾਂ ਪੰਜਾਬੀਆਂ ਨੂੰ ਰੋਜ਼ਗਾਰ ਮਿਲੇਗਾ ਦੂਜਾ ਜਿਹੜੀਆਂ ਨਿਵੇਸ਼ ਹੈ ਨਿਵੇਸ਼ ਕਰਨ ਲਈ ਪੰਜਾਬ ਵਿੱਚ ਕੰਪਨੀਆਂ ਲਈ ਰਾਹ ਖੁੱਲ ਜਾਣਗੇ ਮਤਲਬ ਕਿ ਸਿੱਧੇ ਰੂਪ ਵਿੱਚ ਜੇ ਪੰਜਾਬ ਵਿੱਚ ਨਿਵੇਸ਼ ਕੋਲਦਾ ਹੈ ਤਾਂ ਆਰਥਿਕ ਸਥਿਤੀ ਦੇ ਨਾਲ ਨਾਲ ਜਿਹੜੀ ਰੋਜ਼ਗਾਰ ਦੀ ਸਮੱਸਿਆ ਉਹ ਵੀ ਹੱਲ ਹੁੰਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਤੇ ਇਸ ਪਲਾਂਟ ਵਿੱਚ 2600 ਕਰੋੜ ਦਾ ਨਿਵੇਸ਼ ਟਾਟਾ ਸਟੀਲ ਕਰੇਗੀ ਜੋ ਕਿ ਪੰਜਾਬ ਵਿੱਚ ਲੱਗਣ ਜਾ ਰਿਹਾ ਉਸ ਤੋਂ ਬਾਅਦ ਗੱਲ ਕਰਦੇ ਆ ਕਿ ਧਰਨਾ ਮੁਕਤ ਜੋ ਦਾਵਾ ਕੀਤਾ ਸੀ ਕਿਸਾਨ ਅੰਦੋਲਨਾਂ ਦਾ ਉਸ ਤੇ ਵੀ ਕਾਰਵਾਈ ਕਰਦੇ ਹੋਏ ਭਗਵਾਨ ਤੁਮਾ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਵੀ ਕੀਤੀ ਇੱਕ ਮੀਟਿੰਗ ਵਿੱਚ ਤੈਅ ਕੀਤਾ ਜਿਸ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਦੁੱਧ ਉਤਪਾਦਕਾਂ ਦੀਆਂ ਪੈਂਡਿੰਗ ਪੇਮੈਂਟਸ ਨੇ ਬਕਾਇਆ ਰਾਸ਼ੀਜ਼ ਨੇ ਉਹਨਾਂ ਨੂੰ 15 ਸਤੰਬਰ ਤੱਕ ਬਹਾਲ ਕਰਨ ਦਾ ਐਲਾਨ ਵੀ ਕਰ ਦਿੱਤਾ ਨਾਲ ਆਪਣੀ ਕੈਬਨਿਟ ਚ ਪਾਸ ਵੀ ਕਰ ਦਿੱਤਾ ਜਿਸ ਨਾਲ ਹੁਣ ਜਿਹੜੇ ਦੁੱਧ ਉਤਪਾਦਕ ਨੇ ਉਹਨਾਂ ਨੂੰ ਕਾਫੀ ਰਾਹਤ ਮਿਲੇਗੀ ਤੇ ਹੁਣ ਇੱਕ ਹੋਰ ਵੱਡੀ ਖਬਰ ਜਿਹੜੀ ਮੀਟਿੰਗ ਚੋਂ ਨਿਕਲ ਕੇ ਆਈ ਹੈ ਲੰਪੀ ਬੁਮਾਰੀ ਵਾਲੀ ਲੰਪੀ ਬੁਮਾਰੀ ਹੈ ਸਕਿਨ ਜਿਸ ਨਾਲ ਗਾਹਾਂ ਦੀ ਮੌਤ ਵੱਡੇ ਪੱਧਰ ਤੇ ਹੋ ਰਹੀ ਹੈ ਜਿਸ ਨੂੰ ਲੈ ਕੇ ਕਿਸਾਨ ਚਿੰਤਾ ਤੇ ਸੀ ਸੜਕ ਤੇ ਸੀ ਇਸ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਉਹ ਛੇਤੀ ਹੀ ਇਸ ਤੇ ਸਰਵੇ ਕਰਾਏਗਾ ਜੋ ਮੁਆਜਾ ਬਣਦਾ ਉਹ ਦੇਵੇਗਾ ਪਰੰਤੂ ਸਰਵੇ ਦੀ ਜਿਹੜੀ ਰਿਪੋਰਟ ਉਹ ਕੇਂਦਰ ਸਰਕਾਰ ਨੂੰ ਸੌਂਪੇਗਾ ਤਾਂ ਕਿ ਇਸ ਬੁਮਾਰੀ ਤੋਂ ਨਜਾਤਾਂ ਮਿਲ ਮਲੇ ਨਾਲ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਵੀ ਹੋ ਸਕੇ ਮਤਲਬ ਅੱਜ ਦੀ ਕੈਬਨਿਟ ਮੀਟਿੰਗ ਕਾਫੀ ਕਿਸਾਨ ਅਤੇ ਪੰਜਾਬ ਦੇ ਤੇ ਰਹੀ ਤੇ ਕਿਹਾ ਜਾਵੇ ਇਸ ਨਾਲ ਹਰੇਕ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਲੇਬਰ ਨੀਤੀ ਹੈ ਜਿਹੜੀ ਪੰਜਾਬ ਅਨਾਜ ਲੇਬਰ ਨੀਤੀ ਹੈ ਇਸ ਨੂੰ ਲਾਗੂ ਕਰ ਦਿੱਤਾ ਤੇ ਸੋਦੀ ਗਈ ਪੰਜਾਬ ਲੇਬਰ ਟਰਾਂਸਪੋਰਟ ਨੀਤੀ ਵੀ ਲਾਗੂ ਕਰ ਦਿੱਤੀ ਗਈ ਜਿਸ ਨੂੰ ਹਰੀ ਚੰਡੀ ਅੱਜ ਬੁਝਾਰਤ ਦੀ ਮੀਟਿੰਗ ਵਿੱਚ ਮਿਲ ਗਈ ਹੈ ਤੇ ਅਗਲੀ ਅਪਡੇਟ ਲੈ ਕੇ ਮੈਂ ਫੇਰ ਹਾਜ਼ਰ ਹੋਵਾਂਗਾ ਤਦ ਤੱਕ ਤੁਸੀਂ ਮੈਨੂੰ ਦਿਓ ਜਾਈਏ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ